चोरों के वलों फिरोजपुर के कई घर अपना निशाना बनाया गया है। गरीब परिवार की धी के विआह का समान लैके चोर मौके तो फरार हो गए हैं। तस्वीर फिरोजपुर तो ने जिथे चोरों के हौसले बुलंद ने, गरीब परिवार की धी के विआह का समान लैके चोर मौके तो रफू चक्कर हो गए हैं। फिलहाल पुलिस की कारगुजारी तो सवाल उठने लाजमी ने, क्योंकि पुलिस के होने के बावजूद भी चोरों के हौसले बुलंद ने। रात नूं 2:30 बजे साडी चोरी हुई है, तो मेरी 40 जोड़े चके गए, चोरी हो गई है, 2 पखे चोरी होए है, तो साडा होर समान भी कई चके गए छोटा मोटा। एक साडे गुआंढ च कुड़ी दे ब्याह दा समान रखिया हुआ सी, वह सारा समान कट कर ले गया। माड़े बंदे है, गरीब आदमी है, थोड़ा थोड़ा करके समान इकट्ठा किया उन्होंने, और पित्तल दे भांडे होंदे ब्याह दा देज दा समान सारा चक के ले गया। 2 दिन पहले साढ़े 2 घर छड़ के चोरी हुई है, उन्होंने 6,000 रुपया ले गया, चांदी की पजेबा ले गया, 2 कड़े ले गया उन्होंने जी। सर मांग की करते जी, हम मांग की है, देखो जी इन्हें जेडे चोर चुके इन्हें कार्रवाई की जाए, इन्हें नथ पाई जाए चंगी तरह। इतने साढ़े पिछले पास नशेड़ी बैठे रहते हैं, पुलिस को सब पता है, कोई गौर नहीं करता। अज ही हूँ भी जाके देखो, टीके लाते पे सर नशेड़ी इतने बैठे रहते हैं, रात नूं देख लो, दिन देख लो, सारे इत्थे बैठे रहिंदे। इन्हां चोरी होई है साडे घर विच, कुड़ी दा देज दूज पड़ कपड़े लत्ते सारे इकट्ठे कीते होए सी, देण लैण वाले वी ब्याज विच कपड़े दिंदे, भांडे भुंडे दिंदे, सारे इकट्ठे कीते होए सी। चोरी होया ਦਾ ਲਾ ਕੇ ਚੰਗੀ ਤਰ੍ਹਾਂ ਕੱਢ ਕੇ ਲੈ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਅਸੀਂ ਬਹੁਤ ਢਿੱਡਦੇ ਹੱਥ ਬੰਨ ਬੰਨ ਕੇ ਇਕੱਠਾ ਕੀਤਾ ਹੋਇਆ ਸੀਗਾ। ਸਾਨੂੰ ਕੁੜੀ ਵੀ ਬਰਾਬਰ ਦੀ ਹੋਈ ਪੜੀ ਹੈ, ਧੀ ਵੀ ਭਾਰਤੀ ਕੀ, ਸਾਨੂੰ ਕੁੜੀ ਦਾ ਤੇਜ ਚਾਹੀਦਾ, ਸਾਨੂੰ ਹੋਰ ਕੀ ਵਾਪਸ ਚਾਹੀਦਾ ਸਾਨੂੰ, ਤੇ ਕਿੱਥੋਂ ਕਰਾਂਗੇ, ਕਿੱਥੋਂ ਨਾ ਕਰਾਂਗੇ। ਚੋਰੀ ਹੋਈ ਹੈਗੀ ਸਾਡੇ ਘਰ ਵਿੱਚ, ਕੁੜੀ ਦਾ ਦੇਜ ਦੂਜ ਪੜ ਕੱਪੜੇ ਲੱਤੇ ਸਾਰੇ ਇਕੱਠੇ ਕੀਤੇ ਹੋਏ ਸੀਗੇ, ਦੇਣ ਲੈਣ ਵਾਲੇ ਵੀ ਵਿਆਜ ਵਿੱਚ ਕੱਪੜੇ ਦਿੰਦੇ, ਭਾਂਡੇ ਭੁੰਡੇ ਦਿੰਦੇ, ਸਾਰੇ ਇਕੱਠੇ ਕੀਤੇ ਹੋਏ ਸੀ। ਚੋਰੀ ਹੋ ਗਿਆ, ਲਾ ਕੇ ਚੰਗੀ ਤਰ੍ਹਾਂ ਕੱਢ ਕੇ ਲੈ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਸੀ ਅਸੀਂ ਬਹੁਤ ਢਿੱਡਦੇ ਹੱਥ ਬੰਨ ਬੰਨ ਕੇ। ਚੋਰਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ, ਅਤੇ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਦਾ ਸਮਾਨ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। ਤਸਵੀਰਾਂ ਫਿਰੋਜ਼ਪੁਰ ਤੋਂ ਨੇ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਨੇ, ਗਰੀਬ ਪਰਿਵਾਰ ਦੀ ਧੀ ਦੇ ਵਿਆਹ ਦਾ ਸਮਾਨ ਲੈ ਕੇ ਚੋਰ ਮੌਕੇ ਤੋਂ ਰਫੂ ਚੱਕਰ ਹੋ ਗਏ ਨੇ। ਫਿਲਹਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਣੇ ਲਾਜ਼ਮੀ ਨੇ, ਕਿਉਂਕਿ ਪੁਲਿਸ ਦੇ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਨੇ। ਤਾਜ ਪੈਲਸ ਕੋਲ ਆ ਸਾਡਾ ਰਿਹਾਇਸ਼ ਆ, ਤੇ ਰਾਤ ਨੂੰ 2:30 ਵਜੇ ਸਾਡੀ ਚੋਰੀ ਹੋਈ ਹੈ, ਤੇ ਮੇਰੀ 40 ਜੋੜੇ ਚੱਕੇ ਗਏ, ਚੋਰੀ ਹੋ ਗਈ ਹੈ, 2 ਪੱਖੇ ਚੋਰੀ ਹੋਏ ਹੈ, ਤੇ ਸਾਡਾ ਹੋਰ ਸਮਾਨ ਵੀ ਕਈ ਚੱਕੇ ਗਿਆ ਛੋਟਾ ਮੋਟਾ। ਇੱਕ ਸਾਡੇ ਗੁਆਂਢ 'ਚ ਕੁੜੀ ਦੇ ਵਿਆਹ ਦਾ ਸਮਾਨ ਰੱਖਿਆ ਹੋਇਆ ਸੀ, ਉਹ ਸਾਰਾ ਸਮਾਨ ਕੱਢ ਕਰ ਲੈ ਗਿਆ। ਮਾੜੇ ਬੰਦੇ ਆ, ਗਰੀਬ ਆਦਮੀ ਆ, ਥੋੜ੍ਹਾ ਥੋੜ੍ਹਾ ਕਰਕੇ ਸਮਾਨ ਇਕੱਠਾ ਕੀਤਾ ਉਹਨਾਂ ਨੇ, ਪਿੱਤਲ ਦੇ ਭਾਂਡੇ ਹੁੰਦੇ, ਵਿਆਹ ਦਾ ਦੇਜ ਦਾ ਸਮਾਨ ਸਾਰਾ ਚੱਕ ਕੇ ਲੈ ਗਿਆ। 2 ਦਿਨ ਪਹਿਲਾਂ ਸਾਡੇ 2 ਘਰ ਛੱਡ ਕੇ ਚੋਰੀ ਹੋਈ ਹੈ, ਉਹਨਾਂ 6,000 ਰੁਪਇਆ ਲੈ ਗਿਆ, ਚਾਂਦੀ ਦੀ ਪਜੇਬਾ ਲੈ ਗਿਆ, 2 ਕੜੇ ਲੈ ਗਿਆ ਉਹਨਾਂ ਦੇ ਜੀ। ਸਰ ਮੰਗ ਕੀ ਕਰਦੇ ਜੀ, ਹੁਣ ਮੰਗ ਇਹ ਹੈ, ਦੇਖੋ ਜੀ ਇਹਨੇ ਜਿਹੜੇ ਚੋਰ ਚੁੱਕੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ, ਇਹਨਾਂ ਨੱਥ ਪਾਈ ਜਾਈ ਜਾਏਗੀ ਚੰਗੀ ਤਰ੍ਹਾਂ। ਇੱਥੇ ਸਾਡੇ ਪਿਛਲੇ ਪਾਸੇ ਨਸ਼ੇੜੀ ਬੈਠੇ ਰਹਿੰਦੇ ਆ, ਪੁਲਿਸ ਨੂੰ ਸਭ ਪਤਾ, ਕੋਈ ਗੌਰ ਨਹੀਂ ਕਰਦਾ। ਅੱਜ ਹੀ ਹੁਣ ਵੀ ਜਾ ਕੇ ਦੇਖੋ, ਟੀਕੇ ਲਾਉਂਦੇ ਪਏ ਸਰ ਨਸ਼ੇੜੀ ਇੱਥੇ ਬੈਠੇ ਰਹਿੰਦੇ ਆ, ਰਾਤ ਨੂੰ ਦੇਖ ਲਓ, ਦਿਨ ਦੇਖ ਲਓ, ਸਾਰੇ ਇੱਥੇ ਬੈਠੇ ਰਹਿੰਦੇ ਆ। ਇਹਨਾਂ ਚੋਰੀ ਹੋਈ ਹੈਗੀ ਸਾਡੇ ਘਰ ਵਿੱਚ, ਕੁੜੀ ਦਾ ਦੇਜ ਦੂਜ ਪੜ ਕੱਪੜੇ ਲੱਤੇ ਸਾਰੇ ਇਕੱਠੇ ਕੀਤੇ ਹੋਏ ਸੀਗੇ, ਦੇਣ ਲੈਣ ਵਾਲੇ ਵੀ ਵਿਆਜ ਵਿੱਚ ਕੱਪੜੇ ਦਿੰਦੇ, ਭਾਂਡੇ ਭੁੰਡੇ ਦਿੰਦੇ, ਸਾਰੇ ਇਕੱਠੇ ਕੀਤੇ ਹੋਏ ਸੀ। ਚੋਰੀ ਹੋ ਗਿਆ, ਲਾ ਕੇ ਚੰਗੀ ਤਰ੍ਹਾਂ ਕੱਢ ਕੇ ਲੈ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਸੀ ਅਸੀਂ ਬਹੁਤ ਢਿੱਡਦੇ ਹੱਥ ਬੰਨ ਬੰਨ ਕੇ ਇਕੱਠਾ ਕੀਤਾ ਹੋਇਆ ਸੀਗਾ, ਸਾਨੂੰ ਕੁੜੀ ਵੀ ਬਰਾਬਰ ਦੀ ਹੋਈ ਪੜੀ ਹੈ, ਧੀ ਵੀ ਭਾਰਤੀ ਕੀ, ਸਾਨੂੰ ਕੁੜੀ ਦਾ ਤੇਜ ਚਾਹੀਦਾ, ਸਾਨੂੰ ਹੋਰ ਕੀ ਵਾਪਸ ਚਾਹੀਦਾ ਸਾਨੂੰ, ਤੇ ਕਿੱਥੋਂ ਕਰਾਂਗੇ, ਕਿੱਥੋਂ ਨਾ ਕਰਾਂਗੇ। ਚੋਰੀ ਹੋਈ ਹੈਗੀ ਸਾਡੇ ਘਰ ਵਿੱਚ, ਕੁੜੀ ਦਾ ਦੇਜ ਦੂਜ ਪੜ ਕੱਪੜੇ ਲੱਤੇ ਸਾਰੇ ਇਕੱਠੇ ਕੀਤੇ ਹੋਏ ਸੀਗੇ, ਦੇਣ ਲੈਣ ਵਾਲੇ ਵੀ ਵਿਆਜ ਵਿੱਚ ਕੱਪੜੇ ਦਿੰਦੇ, ਭਾਂਡੇ ਭੁੰਡੇ ਦਿੰਦੇ, ਸਾਰੇ ਇਕੱਠੇ ਕੀਤੇ ਹੋਏ ਸੀ। ਚੋਰੀ ਹੋ ਗਿਆ, ਲਾ ਕੇ ਚੰਗੀ ਤਰ੍ਹਾਂ ਕੱਢ ਕੇ ਲੈ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ। ਬਹੁਤ ਸੀ ਅਸੀਂ ਬਹੁਤ ਢਿੱਡਦੇ ਹੱਥ ਬੰਨ ਬੰਨ ਕੇ ਇਕੱਠਾ ਕੀਤਾ।